पिंड गजनी वाला जमीत सिंह नशा तस्कराजार नशीलिया गिरफ्तार हलका गुरु हर दे अदीन पेंदे थाना लखो के बहराम पुलिस ने गश्त दौरान दो नशा तस्करा नजार नशीलिया गोलियां गिरफ्तार करने सफलता हासिल की है इस मौके जानकारी देंद डीएसपी गुरु हर साय यादविंदर ਜਵਾਨੇ ਦਸਿਆ ਕੇ थाना ਮੁਖੀ ਬਚਨ ਸਿੰਘ थाना ਲਖੋਕੇ ਬਹਿਰਾਮ ਪੁਲਿਸ ਪਾਰਟੀ ਦੇ ਨਾਲ ਗਸ਼ਤਵਾ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹਦ ਰਕਬਾ ਕੋਹਰ ਸਿੰਘ ਵਾਲਾ ਦੇ ਪਾਸ ਮੌਜੂਦ ਸੀ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ આરોપી ਬੋਹਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਗਜ਼ਨੀ ਵਾਲਾ ਦੋਨਾ ਮੱਤੜ थाना ਲਖੋਕੇ ਬਹਿਰਾਮ ਅਤੇ ਨਿਰਵੈਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੱਕ ਜਮੀਦ ਸਿੰਘ ਵਾਲਾ ਜੋ ਨਸ਼ੀਲੀਆਂ ਗੋਲੀਆਂ ਸਪਲਾਈ ਕਰਦੇ ਹਨ ਜੋ ਅਜਵੀ ਗੁਰੂ ਹਰ ਸਹਾਏ ਦੀ ਤਰਫੋਂ ਪਾਰੀ ਮਾਤਰਾ ਇਤਿਹਾਸੀਆਂ ਬੋਲਿਆ ਲੈ ਕੇ ਪਿੰਡ ਕੋਹਰ ਸਿੰਘ ਵਾਲਾ ਦੀ ਤਰਫ ਤੋਂ ਮਿਸ਼ਰੀ ਵਾਲਾ ਨੂੰ ਜਾਣਾ ਹੈ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ આરોપી ਕਾਬੂ ਆ ਸਕਦੇ ਹਨ ਡੀਐਸਪੀ ਬਾਜਵਾ ਨੇ ਦਸਿਆ ਕਿ ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਉਕਤ આરોપીਆਂ ਨੂੰ ਸਮੇਤ ਮੋਟਰਸਾਈਕਲ ਐਚਐਫ ਡਿਲਕਸ ਰੰਗ ਕਾਲਾ ਬਿਨਾ ਨੰੰਬਰੀ ਤੇ ਕਾਬੂ ਕੀਤਾ ਗਿਆਤਾ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 5000 ਨਸ਼ੀਲੀਆਂ ਗੋਲੀਆਂ 2 ਮੋਬਾਈਲ ਫੋਨ Oppo ਕੰਪਨੀ ਦੇ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਕਿ ਮੌਕੇ ਤੇ ਗ੍ਰਿਫਤਾਰ ਕਰਕੇ ਥਾਣਾ ਲਖੋ ਕੇ ਬਹਿਰਾਮ ਵਿੱਚ ਐਨਡੀਪੀਐਸ ਸੈਕਟ ਦੇ ਤਿਤ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਮੁਖੀ ਨੇ ਦਸਿਆ ਕਿ આરોપીਆਂ ਨੂੰ ਸ਼ੁੱਕਰਵਾਰ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ 4 ਨੰਦਾ ਰਿਮਾਂਡ ਹਾਸਿਲ ਕਰਵਾਇਆ ਗਿਆ ਹੈ